ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ। ਅਤੇ ਤੁਹਾਨੂੰ ਅੱਜ ਆਪਾਂ ਇੱਕ ਬੰਦੇ ਨਾਲ ਮਿਲਾਉਣਾ ਜੀ। ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਇੱਕ ਵਾਰ ਪਾ ਚੁੱਕੇ ਹਾਂ, ਉਹ ਵੀਡੀਓ ਦੀ ਬਹੁਤ ਜ਼ਿਆਦਾ ਪਿਆਰ ਦਿੱਤਾ। ਅੱਜ ਆਪਾਂ ਥੋੜ੍ਹੀ ਵਿਸਥਾਰ ਨਾਲ ਗੱਲ ਕਰਨੀ ਆ ਇੱਕ ਆਹ ਕੁੜੀ ਨਾਲ ਟਾਈਫਾਇਡ ਦਾ ਰੋਗ ਜਮ੍ਹਾਂ ਜੜ ਤੋਂ ਪੁੱਟਿਆ ਜਾਂਦਾ। ਜੇ ਕਿਸੇ ਦੇ ਮੰਨ ਕੇ ਚਲੋ ਢੂਈ ਦੇ ਵਿੱਚ ਪੇਨ ਹੁੰਦੀ ਆ ਤਾਂ ਉਹਨੂੰ ਆਹ ਸ਼ੀਸ਼ੀ ਇਕੱਲੀ ਬਸ ਇਹ ਖਵਾਉਣੀ ਆ ਨਾ ਗੋਲੀਆਂ ਦੀ, ਅਤੇ ਆਹ ਤੇਲ ਆ ਜਿਹੜਾ ਇਹ ਗੋਡਿਆਂ ਵਾਸਤੇ ਨਾ, ਅਤੇ ਹੋਰ ਵੀ ਇੱਕ ਕਾੜਾ ਤਿਆਰ ਕਰਦੇ ਜਿਹੜਾ 20-25 ਰੁਪਈਆਂ ਦੇ ਵਿੱਚ ਵੀ 1-1.5 ਲੱਖ ਦੇ ਸਟੰਟ ਪਾਉਣ ਤੋਂ ਹੈ ਨਾ ਜਿਹੜੇ ਹਾਰਟ ਦੇ ਸਟੰਟ ਹੁੰਦੇ ਉਹਨਾਂ ਤੋਂ ਬਚਾ ਸਕਦਾ। ਆਪਾਂ ਸਾਰੀ ਗੱਲਬਾਤ ਡਾਕਟਰ ਕੋਲ ਫਿਰ ਜਾਵਾਂਗੇ, ਪਹਿਲਾਂ ਮਰੀਜ਼ਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਇੱਧਰਲੇ ਪਾਸੇ ਕੁਝ ਮਰੀਜ਼ ਜਿਹੜੇ ਠੀਕ ਹੋ ਜਾ ਬੈਠੇ ਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ। ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਤੁਹਾਨੂੰ ਕੀ ਪ੍ਰੋਬਲਮ ਸੀਗੀ ਜੀ? ਮੈਨੂੰ ਗੋਡਿਆਂ ਦੀ ਪ੍ਰੋਬਲਮ, ਥੋੜ੍ਹਾ ਵੇਟ ਜ਼ਿਆਦਾ ਕਰਕੇ। ਠੀਕ ਹੈ ਜੀ। ਹਾਂ, ਗੋਡਿਆਂ ਦੀ ਪ੍ਰੋਬਲਮ। ਕਿੰਨੇ ਕੁ ਟਾਈਮ ਤੋਂ ਦਵਾਈ ਇਹਨਾਂ ਦੇ ਕੋਲੋਂ ਤੁਸੀਂ ਲੈ ਰਹੇ ਹੋ? ਹੋ ਗਏ 20-25 ਕੁ ਦਿਨ ਹੋ ਗਏ। ਠੀਕ ਹੈ ਜੀ, ਫਰਕ ਪਿਆ? ਮੇਰਾ ਥੋੜ੍ਹਾ ਜਿਹਾ ਲਾਈਫ ਬਿਜ਼ੀ ਰਹਿੰਦੀ ਹੈ। ਹਾਂਜੀ ਹਾਂਜੀ, ਟਾਈਮ ਘੱਟ ਲੱਗਦਾ, ਐਵੇਂ ਤਾਂ ਸਾਡੇ ਨੇੜੇ ਹੈ ਇੱਥੇ। ਚਲੋ ਜੀ, ਅਤੇ ਹੁਣ ਬਹੁਤ ਰਿਲੀਫ ਹੈ। ਠੀਕ ਆ, ਫਰਕ ਪੈਂਦਾ ਯਾਨੀ? ਪੂਰਾ ਹੀ ਪੈਂਦਾ ਜੀ। ਜੀ 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 ਜੀ, ਥੋੜ੍ਹਾ ਨਹੀਂ, ਪੂਰਾ ਹੀ ਪੈਂਦਾ, ਵਧੀਆ ਫਰਕ ਪੈਂਦਾ। ਠੀਕ ਹੈ ਜੀ, ਜਿਵੇਂ ਹੁਣ ਕੋਈ ਬੰਦੇ ਉਹੋ ਜਿਹੇ ਦੇਖ ਰਹੇ ਆ ਵੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਆਉਣ ਇਹਨਾਂ ਦੇ ਕੋਲ? ਬਿਲਕੁਲ ਜੀ, ਬਿਲਕੁਲ, ਗੋਡਿਆਂ ਦੀ ਜਿਹੜੀ ਬਿਲਕੁਲ ਜਿਨ੍ਹਾਂ ਨੂੰ ਪ੍ਰੋਬਲਮ ਹੈ ਅਤੇ ਉਹ ਜ਼ਰੂਰ ਆਉਣ ਜੀ। ਲੱਕ ਦੇ ਵੀ, ਚਲੋ ਮੈਨੂੰ ਤਾਂ ਗੋਡਿਆਂ ਦੀ ਸੀ ਜੀ ਜ਼ਿਆਦਾ, ਅਤੇ ਬਾਕੀ ਹੋਰ ਵੀ ਜਿਹੜੇ ਹਾਰਟ ਦੇ ਵੀ ਜਿਹੜੇ ਪੇਸ਼ੈਂਟ ਹੈ ਜੀ, ਉਹ ਮਤਲਬ ਉਹਨਾਂ ਵਾਸਤੇ ਖੜਾ ਹੁੰਦੇ, ਉਹਦੇ ਨਾਲ ਵੀ ਸਾਰੇ ਦੱਸਦੇ ਵੀ ਮਤਲਬ ਰਿਲੈਕਸ ਹੈ। ਅਤੇ ਟਾਈਫਾਇਡ ਦਾ ਤਾਂ ਬਹੁਤ ਪੁਰਾਣਾ ਲੰਮਾ ਕੰਮ ਇਹਨਾਂ ਦਾ। ਹਾਂਜੀ, ਬੜੇ ਲੰਮੇ ਸਮੇਂ ਤੋਂ ਟਾਈਫਾਇਡ ਦਾ ਤਾਂ ਮੈਨੂੰ ਲੱਗਦਾ ਵੀ ਗਿਣਤੀ ਨਹੀਂ ਗੀ, ਹਜ਼ਾਰਾਂ ਦੇ ਹਿਸਾਬ ਨਾਲ ਲੋਕ ਠੀਕ ਹੋਏ ਜੀ। ਹਾਂ, ਟਾਈਫਾਇਡ ਦੀ ਤਾਂ ਕੈਂਪ ਵੀ ਲਾ ਕੇ, ਜਿਵੇਂ ਹੁਣ ਸਾਡੇ ਪਿੰਡ ਗੁਰਦੁਆਰਾ ਸਾਹਿਬ ਸੰਗਰਾਂਦ ਵਾਲੇ ਦਿਨ ਹਾਂਜੀ ਇਹ ਕਾੜਾ ਫਰੀ ਪਿਆਉਂਦੇ ਆ ਸੰਗਤ ਨੂੰ। ਠੀਕ ਹੈ ਜੀ, ਉੱਥੇ ਜਦੋਂ ਸੰਗਰਾਂਦ ਹੁੰਦੀ ਹੈ ਸੰਗਤ ਉੱਥੇ ਫਿਰ ਉਸ ਦਿਨ ਹੀ ਸੇਵਾ ਕਰਦੇ ਆ। ਠੀਕ ਹੈ ਜੀ, ਠੀਕ, ਹਾਂ ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਅਤੇ ਬਾਕੀ ਤੁਹਾਨੂੰ ਮਿਲਾਉਣੇ ਇੱਧਰਲੇ ਪਾਸੇ ਮਰੀਜ਼ ਆ ਜਿਹੜੇ ਹੈ ਨਾ ਕੁਛ ਠੀਕ ਹੋਏ ਹੋਏ ਆ, ਅਤੇ ਬਾਕੀ ਇੱਧਰਲੇ ਪਾਸੇ ਤੁਹਾਨੂੰ ਹੋਰ ਮਰੀਜ਼ਾਂ ਦੇ ਨਾਲ ਵੀ ਮਿਲਾਉਣੇ, ਫਿਰ ਡਾਕਟਰ ਸਾਹਿਬ ਕੋਲ ਚੱਲਾਂਗੇ ਆਪਾਂ। ਅਤੇ ਸਤਿ ਸ਼੍ਰੀ ਅਕਾਲ ਮਾਤਾ ਜੀ। ਅਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਜੀ? ਲੀਵਰ ਦੀ ਸੀਗੀ। ਲੀਵਰ ਦੀ ਕਿੰਨੇ ਕੁ ਟਾਈਮ ਤੋਂ ਸੀਗੀ? ਮੈਨੂੰ ਹੋ ਗਈ ਸੀ 2-3 ਸਾਲ ਤੋਂ ਜੀ। 2-3 ਸਾਲ? ਹਾਂਜੀ। ਇਹਨਾਂ ਕੋਲ ਕਦੋਂ ਤੋਂ ਦਵਾਈ ਲੈਣ ਲੱਗੇ? ਇਹਨਾਂ ਤੋਂ ਹੁਣ ਮੈਂ 15 ਦਿਨ ਹੋ ਗਏ ਜੀ ਕਾੜਾ ਪੀਂਦੇ ਨੂੰ। ਤੇ ਕੋਈ ਫਰਕ ਪਿਆ? ਹਾਂਜੀ ਹਾਂਜੀ, ਮੈਨੂੰ ਐਲਰਜੀ ਤੋਂ ਵੀ ਫਰਕ ਪੈ ਗਿਆ, ਬਹੁਤ ਫਰਕ ਪੈ ਗਿਆ। ਜਮਾ ਫਰਕ ਪੈ ਗਿਆ ਐਲਰਜੀ ਦਾ? ਹਾਂਜੀ, ਐਲਰਜੀ ਮੈਨੂੰ, ਮੈਂ ਬਾਹਰ ਜਾ ਗਈ ਸੀ ਜਦ ਮੈਨੂੰ ਉੱਥੇ ਜਾ ਕੇ ਐਲਰਜੀ ਹੋ ਗਈ ਜੀ ਪਾਣੀ ਤੋਂ ਜੀ। ਹਾਂਜੀ, ਤੇ ਇਹ ਕਾੜਾ ਪੀਣਾ ਐਲਰਜੀ ਦਾ ਵੀ ਫਰਕ ਪੈ ਗਿਆ ਜੀ ਮੈਨੂੰ। ਠੀਕ ਹੈ ਜੀ। ਹਾਂਜੀ ਠੀਕ ਹੈ, ਮੈਂ ਡਾਕਟਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਵੀ ਇਹਨਾਂ ਨੇ ਸਾਨੂੰ ਇਸ ਤਰ੍ਹਾਂ ਕਾੜਾ ਪੀਣ ਵਾਸਤੇ ਦਿੱਤਾ ਜੀ ਜੀ, ਤੇ ਮੈਨੂੰ ਫਰਕ ਪੈ ਗਿਆ ਜੀ। ਧੰਨਵਾਦ ਜੀ। ਥੋੜੀ ਜਿਹੀ ਹਾਰਟ ਦੀ ਪ੍ਰੋਬਲਮ ਸੀਗੀ ਜੀ ਕਿਸੇ ਨੂੰ? ਤੁਹਾਨੂੰ ਸੀਗੀ ਜੀ? ਕਿੰਨੇ ਕੁ ਟਾਈਮ ਤੋਂ ਸੀਗੀ? ਮੈਨੂੰ ਤਾਂ 10 ਸਾਲ ਹੋ ਗਏ ਸੀ ਜੀ ਹਾਰਟ। ਠੀਕ ਹੈ ਜੀ, ਡਾਕਟਰਾਂ ਨੇ ਕੀ ਕਿਹਾ ਜੀ ਬਾਹਰ ਲੈਣੇ? ਹਾਂਜੀ, ਦਵਾਈ ਦੇਈ ਜਾਂਦੇ ਸੀ, ਬਸ ਕਹਿੰਦੇ ਗੋਲੀ ਖਾਈ ਜਾਓ ਤੁਸੀਂ। ਅੱਛਾ, ਵੀ ਖਾਣੀ ਪਊ ਗੋਲੀ ਬਸ, ਹੁਣ ਜਿੱਦਾਂ ਦੀ ਇਹ ਪੀਣ ਲੱਗੀਆਂ ਕਾੜਾ ਉਦਾਂ ਦੀ ਗੋਲੀ ਛੱਡੀ ਆ। ਠੀਕ ਆ ਮੈਂ ਜੀ। ਠੀਕ ਹੈ ਜੀ, ਹੁਣ ਠੀਕ ਹੋ? ਤੁਹਾਨੂੰ ਕੀ ਪ੍ਰੋਬਲਮ ਸੀਗੀ ਜੀ? ਮੈਨੂੰ ਜੀ ਗੋਡਿਆਂ ਦੀ ਹੈ। ਅੱਛਾ ਜੀ, ਤੇ ਹੁਣ ਫਰਕ ਪਿਆ ਇਹਨਾਂ ਕੋਲੋਂ? ਹਾਂ, 15 ਦਿਨ ਹੋ ਗਏ ਪੀਂਦੀ। ਜੀ 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 ਜੀ, ਤੇ ਅੱਛਾ 15 ਦਿਨ ਹੋ ਗਏ, ਹੁਣ ਫਰਕ ਲੱਗ ਰਿਹਾ ਜੀ? ਹਾਂ, ਹੁਣ ਪਿਆ। ਠੀਕ ਹੈ ਜੀ, ਇੱਧਰਲੇ ਪਾਸੇ ਹੀ ਬੈਠੇ ਆਜੋ, ਹੁਣ ਤੁਹਾਨੂੰ ਡਾਕਟਰ ਸਾਹਿਬ ਕੋਲ ਲੈ ਕੇ ਚੱਲਦੇ ਹਾਂ ਜੀ। ਆਜੋ, ਹੁਣ ਤੁਹਾਨੂੰ ਮਿਲਾਉਂਦੇ ਹਾਂ ਡਾਕਟਰ ਸਾਹਿਬ ਨਾਲ, ਅਤੇ ਇਹਨਾਂ ਤੋਂ ਸਾਰੀ ਜਾਣਕਾਰੀ ਲੈਂਦੇ ਹਾਂ ਜੀ ਆਪਾਂ। ਅਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਹੋਰ ਸਿਹਤਾਂ ਕਿਵੇਂ ਆ ਜੀ? ਹਾਂਜੀ ਹਾਂਜੀ। ਅਤੇ ਅੱਜ ਮੈਂ ਤੁਹਾਨੂੰ ਦੱਸਿਆ ਸੀਗਾ ਜੀ, ਜਿਵੇਂ ਤਾਂ ਆਹ ਤਾਂ ਹੋ ਗਈ ਆਪਣੀ ਮੰਨ ਕੇ ਚਲੋ ਢੂਈਆਂ ਵਾਲੀ, ਹੈ ਨਾ, ਢੂਈ ਢੂਈ ਜਿਹਨਾਂ ਨੇ ਢੂਈ ਦੁਖਦੀ ਆ, ਅਤੇ ਆਹ ਗੋਡਿਆਂ ਤੋਂ ਆ ਗਈ, ਅਤੇ ਜਿਹਨੂੰ ਲੰਮੇ ਟਾਈਮ ਤੋਂ ਟਾਈਫਾਇਡ ਆ ਨਾ, ਆਹ ਉਹਦੇ ਵਾਸਤੇ ਆ ਗਈ। ਅਤੇ ਇਹ ਕੰਮ ਕਰਦੀ ਜੀ ਪ੍ਰੋਪਰ? ਕੰਮ ਕਰਦੀ ਹੈ, ਜਿਹੜਾ ਇਹ ਟਾਈਫਾਇਡ ਆ ਨਾ, ਇਹ ਤਿੰਨ ਤਰ੍ਹਾਂ ਦਾ ਹੁੰਦਾ। ਠੀਕ ਹੈ ਜੀ। ਇੱਕ ਤਾਂ ਮੋਟੀ ਮਾਤਾ ਹੋ ਗਈ, ਇੱਕ ਪਾਣੀ ਘਹਿਰਾ ਹੋ ਗਿਆ, ਠੰਡੇ ਪਿੰਡੇ ਜੀ। ਜਦੋਂ ਠੰਡੇ ਪਿੰਡੇ ਟਾਈਫਾਇਡ ਹੋ ਜਾਵੇ, ਉਹਨਾਂ ਸੈੱਲ ਵੱਧਦੇ ਘਟਦੇ। ਠੀਕ ਹੈ ਜੀ।
ਜਿਹੜੇ ਹੁਣ ਹਸਪਤਾਲਾਂ 'ਚ ਲਾਈਨਾਂ ਲੱਗੀਆਂ ਪਈਆਂ ਉਹਦੇ ਵਿੱਚ 70% ਟਾਈਫਾਇਡ ਵਾਲੇ ਆ, ਟਾਈਫਾਇਡ ਵਾਲੇ ਆ, ਜਿਹੜਾ ਉਹ ਇੱਕ ਪੁੜੀ ਨਾਲ ਠੀਕ ਹੋ ਸਕਦਾ ਸਿਰਫ ਸਿਰਫ, ਜੇ 6 ਮਹੀਨਿਆਂ ਬਾਅਦ ਇੱਕ ਪੁੜੀ ਖਾਊਗਾ ਕੋਈ ਵੀ ਭਾਵੇਂ ਤੰਦਰੁਸਤ ਖਾ ਲਏ ਉਹ ਬਿਮਾਰ ਹੁੰਦੇ ਹੀ ਨਹੀਂ। ਅੱਛਾ, ਹਾਂ ਇੰਨੀ ਇਹਦੀ ਸ਼ਰਤ ਹੈ, ਪਾਵਰ ਆ, ਠੀਕ ਆ ਜੀ। ਬਾਕੀ ਆਹ ਜਿਹੜਾ 3 ਸੀਸੀਆਂ ਗੋਡਿਆਂ ਦੇ ਤੇਲ ਵਾਸਤੇ ਮਰੂਗਾ ਜੇ ਗੋਡਿਆਂ ਦਾ, ਇਹਦੇ ਉਹਦੇ ਗੋਡੇ ਠੀਕ ਹੋ ਜਾਂਦੇ ਆ, ਠੀਕ ਆ ਜੀ, 3 ਸੀਸੀਆਂ ਵਰਤੋਂ। ਹਾਂਜੀ, ਫਿਰ ਇਹ ਹੈ ਆਪਣਾ ਟੂਈ ਵਾਤੇ ਹੈ, ਟੂਈ ਹੈ, ਕਮਰ ਦਰਦ ਹੈ, ਕੋਈ ਯੂਰਕੈਸਟ ਹੈ, ਇਹ ਸਭ ਨੂੰ ਕੰਮ ਕਰਦੇ ਆ ਕਿਉਂਕਿ ਦੇਸੀ ਆਯੁਰਵੈਦ ਦੀ ਦਵਾਈ ਹੈ। ਹਾਂਜੀ, ਇਹ 2-3 ਡੱਬੀਆਂ ਇਹ ਵਰਤਣ, ਠੀਕ ਹੈ। ਬਾਕੀ ਜਿਹੜੇ ਕਾੜੇ ਬਣਾਉਣੇ ਹੈ, ਕੋਈ ਹਾਰਟ ਦੀ ਸ਼ਿਕਾਇਤ ਹੈ, ਕੋਈ ਲੀਵਰ ਦੀ ਸ਼ਿਕਾਇਤ ਹੈ, ਕੋਈ ਫੈਟੀ ਲੀਵਰ ਹੈ, ਪੇਟ ਦੇ ਜਿੰਨੇ ਵੀ ਰੋਗ ਹੈ ਉਹ ਸਹੀ ਕਰਦਾ, ਕੋਈ ਸਟੱਡ ਪੈਂਦਾ, ਕੋਈ ਕਹਿੰਦਾ ਉਹ 20 ਦਿਨਾਂ ਅਸੀਂ ਪਿਆਉਂਦੇ ਹਾਂ, 20 ਦਿਨਾਂ 'ਚ ਉਹ ਠੀਕ ਹੋ ਜਾਂਦਾ, ਠੀਕ ਹੈ। ਅਸੀਂ ਮਹੀਨਾ ਕਹਿੰਦੇ ਹਾਂ, 1.5 ਮਹੀਨਾ 2 ਪੀਓ ਉਹ ਡੇਲੀ ਦਾ 1 ਗਲਾਸ। ਬਾਕੀ ਅਸੀਂ ਇਹਦੀ ਸਹੂਲਤ ਹੋਰ ਵੀ ਕਰਤੀ, ਜਿਵੇਂ ਦੂਰ ਹੈ ਸਾਡੇ ਕੋਲ ਫੋਨ ਆਉਂਦੇ ਆ, ਪਹਿਲਾਂ ਜਿਹੜੇ ਸੀਗੇ ਕੋਈ ਚੰਡੀਗੜ੍ਹ ਆਉਂਦਾ, ਕੋਈ ਦਿੱਲੀ ਤੋਂ ਆਉਂਦਾ, ਉਹਨਾਂ ਨੂੰ ਆਉਣ ਦਾ ਮੁਸ਼ਕਲ ਹੈ, ਅਸੀਂ ਉਹਦੇ ਵਿੱਚ ਅਸੀਂ ਕੋਰੀਅਲ ਦਾ ਕਰਤਾ। ਅੱਛਾ, ਵੀ ਉਹ ਇੱਥੇ ਬੈਠੇ ਬਿਠਾਏ ਭੇਜ ਦੋਗੇ? ਇੱਥੇ ਅਸੀਂ ਕੋਰੀਅਲ ਕਰ ਦਿੰਦੇ ਹਾਂ, ਸਾਡੇ ਕੋਲ ਅਸੀਂ ਕਹਿੰਦੇ ਆਧਾਰ ਕਾਰਡ ਦੀ ਫੋਟੋ ਭੇਜੋ, ਠੀਕ ਹੈ ਜੀ, ਵੀ ਤੁਹਾਨੂੰ ਅਸੀਂ ਘਰ ਅਸੀਂ ਦਵਾਈ ਭੇਜਾਂਗੇ, ਠੀਕ ਹੈ ਜੀ, ਜਿੰਨਾ ਵੀ ਉਹਦਾ ਖਰਚ ਹੈਗਾ ਕੋਰੀਅਲ ਦਾ ਜਾਂ ਕੁਛ ਹੋਰ ਹੈ ਉਹ ਅਸੀਂ ਲੈ ਕੇ ਅਤੇ ਅਸੀਂ ਉੱਥੇ ਘਰ ਦਵਾਈ ਭੇਜਾਂਗੇ, ਠੀਕ ਹੈ। ਉਹ ਘਰੇ ਪਹੁੰਚ ਜੂ, ਉਹ ਘਰੇ ਪਹੁੰਚ ਜੂ, ਉਹਨੂੰ 1 ਚਮਚਾ ਜਾਂ ਉਹਨੂੰ ਬਾਲ ਲੈਣਾ, ਬਾਲ ਕੇ ਉਹਨੇ ਪੀਣਾ ਕਾੜਾ, ਆਹੀ ਚੀਜ਼ ਬਣ ਜਾਣੀ ਹੈ ਕਾੜਾ ਜਿਹੜਾ ਅਸੀਂ ਪਿਆਉਣੇ ਆ, ਠੀਕ ਹੈ। ਉਹਨਾਂ ਨੂੰ ਆਉਣ ਦੀ ਲੋੜ ਨਹੀਂ, ਆਉਣ ਦੀ ਜ਼ਰੂਰਤ ਨਹੀਂ ਜਿਹੜੇ ਦੂਰ ਵਾਲੇ, ਠੀਕ ਹੈ ਜੀ, ਠੀਕ ਹੈ, ਕਿਉਂ ਸਾਨੂੰ ਫੋਨ ਬਹੁਤ ਆਏ ਆ ਪਹਿਲਾਂ ਵੀ ਆਉਣ ਦੀ ਮੁਸ਼ਕਲ ਹੈ, ਅਸੀਂ ਉਹ ਫਿਰ ਹੁਣ ਕੋਰੀ ਵਾਲੀ ਕਰਾਉਣ ਲੱਗ ਗਏ ਵੀ ਘਰ ਹੀ ਪੀ ਲਓ, ਠੀਕ ਹੈ ਜੀ। ਉਹ ਬਈ 20 ਰੁਪਏ ਦਾ, 20 ਰੁਪਏ ਦਾ ਗਲਾਸ ਇੱਕ ਨਾ ਜੀ, ਉਹ ਤਾਂ ਅਸੀਂ ਨਾ ਹੁਣ ਤਾਂ ਅਸੀਂ ਉਦਾਂ ਹੀ ਕੋਰੀ ਵਾਲ ਕਰਾਉਣ ਲੱਗ ਗਏ। ਅੱਛਾ ਜੀ, ਹੁਣ ਇੱਥੇ ਜਿਹੜੇ ਅਸੀਂ ਜੇ ਨੇੜੇ ਪਿੰਡ ਵਾਲੇ ਦੇ ਆਉਂਦੇ ਆ ਤਾਂ ਪਿਆ ਦਿੰਦੇ ਹਾਂ ਅਸੀਂ, ਨਹੀਂ ਅਸੀਂ ਉਦਾਂ ਕੋਰੀ ਵਾਲ ਕਰਦੇ ਹਾਂ, ਠੀਕ ਹੈ ਜੀ। ਜਿਹੜੀ ਕੋਈ ਵੀ ਦਵਾਈ ਦੀ ਉਹਦੀ ਲਾਗਤ ਹੈ, ਜਿੰਨੀ ਇਹਨਾਂ ਦੀ ਲਾਗਤ ਅਸੀਂ ਉਹ ਲੈ ਰਹੇ ਹਾਂ, ਕੱਲੀ ਲਾਗਤ ਹੀ ਲੈ ਰਹੇ ਹਾਂ, ਲਾਗਤ ਰਹਿ ਰਹੇ, ਕੋਈ ਉੱਤੇ ਮੁਨਾਫਾ ਨਹੀਂ ਹੈਗਾ, ਨਹੀਂ ਨਹੀਂ ਜਿੰਨੇ ਦੀ ਲਾਗਤ ਹੈ, ਜੀ ਕੱਲੀ ਲਾਗਤ ਹੀ ਹੈ ਜੀ, ਇਹ ਇੱਕ ਹਿਸਾਬ ਦੀ ਥੋੜੀ ਸੇਵਾ ਹੀ ਆ ਨਾ, ਜਿੰਨਾ ਜੇ ਕਿਸੇ ਨੂੰ ਕੋਈ ਵੀ ਬਿਮਾਰੀ ਆ, ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਜਿੰਨੀਆਂ ਵੀ ਬੋਲੀਆਂ ਨਾ ਵੀਡੀਓ ਦੇ ਵਿੱਚ, ਹੋਰ ਵੀ ਕਿਸੇ ਵੀ ਤਰ੍ਹਾਂ ਦੀ, ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਕੋਈ ਨੁਕਸਾਨ ਨਹੀਂ, ਇਹ ਆਯੁਰਵੈਦਿਕ ਹੈ ਨਾ ਜੀ, ਘਰੇ ਬਣਦੀਆਂ ਦੇਸੀ ਜੜੀਆਂ ਬੂਟੀਆਂ ਦੀ ਹੈ, ਜੇ ਕਿਸੇ ਨੂੰ ਵੀ ਸ਼ੱਕ ਸੁਬਾ ਸਾਡੀ ਦਵਾਈ ਤੇ ਹੋਵੇ, ਜੋ ਵੀ ਸੈਂਪਲ ਭਰਾ ਸਕਦਾ, ਅੱਛਾ, ਇਹ ਵੀ ਸਾਡੀ ਜ਼ਿੰਮੇਵਾਰੀ ਹੈ, ਠੀਕ ਹੈ ਜੀ, ਠੀਕ ਹੈ। ਕਿਸੇ ਦੀ ਵੀ ਸ਼ੱਕ ਸੁਭਾ ਵੀ ਇਹ ਦਵਾਈ 'ਚ ਕੀ ਪਾਇਆ ਹੋਇਆ, ਜਿਹੜੀ ਦਵਾਈ ਉਹਨਾਂ ਕੋਲ ਜਾਊ ਵੀ ਸੈਂਪਲ ਭਰਾ ਸਕਦੇ ਆ ਕੋਈ ਵੀ, ਠੀਕ ਹੈ ਜੀ, ਠੀਕ ਹੈ, ਸਾਡੀ ਫੁੱਲ ਗਰੰਟੀ ਹੈ। ਅਤੇ ਆਪਾਂ ਸਵਾਲ ਪੁੱਛ ਰਹੇ, ਮੈਨੂੰ 35 ਸਾਲ ਹੋ ਗਏ ਜੀ ਇਲਾਜ ਕਰਦੇ ਨੂੰ। ਅੱਛਾ, ਤੁਹਾਨੂੰ? ਹਾਂਜੀ 35 ਸਾਲ ਹੋ ਗਏ, 35 ਸਾਲ ਤੋਂ, ਠੀਕ ਹੈ ਜੀ। ਅਤੇ ਬਾਕੀ ਗੱਲ ਕਰਦੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਭਾਈ ਰੁਪਈ ਪਿੰਡ ਹੈ ਜੀ। ਤੁਹਾਨੂੰ ਕੀ ਪ੍ਰੋਬਲਮ ਸੀਗੀ ਜੀ? ਸਾਨੂੰ, ਮੈਨੂੰ ਲੀਵਰ ਦੀ ਪ੍ਰੋਬਲਮ ਸੀਗੀ। ਅੱਛਾ ਜੀ, ਅਤੇ ਸਾਲ ਕੁ ਪਹਿਲਾਂ ਮੈਂ ਇਹਨਾਂ ਤੋਂ ਲੀਵਰ ਵਾਸਤੇ ਦਵਾਈ ਲਈ ਸੀ, ਠੀਕ ਹੈ ਜੀ, ਉਹਦੇ ਨਾਲ ਬਿਲਕੁਲ ਠੀਕ ਹੋ ਗਿਆ। ਹਾਂਜੀ, ਅਤੇ ਹੁਣ ਵੀ ਜਿਵੇਂ ਹੁਣ ਇਹ ਕਾੜਾ ਪਿਆਉਂਦੇ ਨੇ ਦਾ, ਅਤੇ ਉਹ ਅਸੀਂ ਸ਼ੁਰੂ ਨਹੀਂ ਕੀਤਾ ਜੀ, ਕਰਾਂਗੇ, ਵੈਸੇ ਪ੍ਰੋਬਲਮ ਤਾਂ ਹੈ ਨਹੀਂ ਕੋਈ ਜੀ, ਅਤੇ ਜਿਹੜੇ ਲੋਕਾਂ ਨੇ ਪੀਤਾ ਉਹਨਾਂ ਬਹੁਤ ਠੀਕ ਹੋਇਆ ਉਹ ਜੀ 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 ਕਾੜਾ ਪੀਣ ਦੇ ਨਾਲ। ਬਾਕੀ ਇਹਨਾਂ ਦੀ ਜਿਹੜੀ ਟਾਈਫਾਇਡ ਦੀ ਦਵਾਈ ਹੈ ਤਾਂ ਬਹੁਤ ਮਸ਼ਹੂਰ ਆ ਜੀ, ਬਾਹਰਲੇ ਦੇਸ਼ਾਂ ਤੱਕ ਜਾਂਦੀ ਹੈ ਜੀ ਜੀ, ਸਾਨੂੰ ਬਹੁਤ ਸਾਲ ਹੋ ਗਏ ਵਰਤਦਿਆਂ ਨੂੰ, ਜਦੋਂ ਕੋਈ ਬੁਖਾਰ ਚੜ੍ਹਦਾ ਹੈ ਦਵਾਈ ਅਸੀਂ ਇਹੀ ਲੈ ਲੈਂਦੇ ਹਾਂ, ਠੀਕ ਹੈ ਜੀ, ਨਾਲੇ ਕੋਈ ਪੈਸਾ ਨਹੀਂ ਲੱਗਦਾ, ਨਾਲੇ ਦਵਾਈ ਵਧੀਆ ਜੀ, ਨਾਲੇ ਕੋਈ ਨੁਕਸਾਨ ਨਹੀਂ ਦਵਾਈ ਦਾ, ਨੁਕਸਾਨ ਜੀ ਜੀ। ਅਤੇ ਬਾਕੀ ਤੁਸੀਂ ਅੱਗੇ ਕਿਸੇ ਨੂੰ ਦੱਸਿਆ ਉਹਦੇ ਰਿਸ਼ਤੇਦਾਰਾਂ ਨੂੰ ਜਾਂ ਬਥੇਰਿਆਂ ਨੂੰ ਜੀ? ਬਥੇਰਿਆਂ ਨੂੰ ਤਾਂ ਸਵਾਂ ਦੇ ਹਿਸਾਬ ਨਾਲ ਦੱਸਿਆ ਜੀ। ਅੱਛਾ ਜੀ, ਹਾਂ, ਦਵਾਈ ਵੀ ਖਵਾਈ ਹੈ ਬਹੁਤ, ਜਿਹੜੀ ਨਾ ਟਾਈਫਾਇਡ ਦੀ ਦਵਾਈ ਬਾਹਲੀ ਮਸ਼ਹੂਰ ਸੀ ਪਹਿਲਾਂ, ਅਤੇ ਟਾਈਫਾਇਡ ਦੀ ਦਵਾਈ ਬਹੁਤ ਬਾਹਰ ਵੀ ਭੇਜੀ, ਬਾਹਰਲੇ ਮੁਲਕਾਂ 'ਚ ਵੀ, ਇੱਥੇ ਵੀ ਸਾਡੀ ਵਰਕਸ਼ਾਪ ਆ, ਲੇਬਰ ਵਾਲੇ ਮੁੰਡੇ ਕੰਮ ਕਰਦੇ ਆ, ਉਹਨਾਂ ਨੂੰ ਵੀ ਬਹੁਤ ਅਨੁਸੀ ਦਵਾਈ ਦਿੱਤੀ ਹੈ, ਠੀਕ ਹੈ ਜੀ, ਅਤੇ ਠੀਕ ਹੋ ਜਾਂਦੇ ਆ, ਠੀਕ ਹੋ ਜਾਂਦੇ, ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ ਜੀ ਤੁਹਾਡਾ। ਅਤੇ ਬਾਕੀ ਮਾੜਾ ਜਿਹਾ ਐਡਰੈਸ ਬੋਲ ਦਿਓ ਡਾਕਟਰ ਸਾਹਿਬ ਇੱਕ ਵਾਰੀ। ਅਤੇ ਐਡਰੈਸ ਪਿੰਡ ਭਾਈ ਰੂਪਾ ਜੀ, ਜ਼ਿਲ੍ਹਾ ਬਠਿੰਡਾ ਜੀ, ਤਹਿਸੀਲ ਫੂਲ, ਪਿੰਡ ਭਾਈ ਰੂਪਾ, ਕੋਠੇ ਬਾਬਾ ਝਿੜੀ ਵਾਲੇ, ਸਲਾਦਪੁਰਾ ਰੋਡ, ਠੀਕ ਹੈ ਜੀ।
ਇੱਥੇ ਤੁਸੀਂ ਆ ਕੇ ਮਿਲ ਸਕਦੇ ਹੋ। ਮੇਜਰ ਸਿੰਘ ਜੀ ਕੋਠੇ ਬਾਬਾ ਝਿੜੀ ਵਾਲੇ ਆ, ਜਿਹੜਾ ਫੋਨ ਨੰਬਰ ਹੈ ਸਾਡਾ 99152531। ਠੀਕ ਹੈ, 99152531। ਇਸ 'ਤੇ ਮੈਨੂੰ ਫੋਨ 'ਤੇ ਕੰਟੈਕਟ ਕਰ ਸਕਦਾ ਕੋਈ ਵੀ, ਜਿਹੜੀ ਕੋਈ ਗੱਲਬਾਤ ਪੁੱਛਣੀ ਹੈ ਕੋਈ ਪੁੱਛ ਸਕਦਾ। ਜੇ ਘਰ ਵੀ ਕਿਸੇ ਨੇ ਰਾਏ ਸਲਾਹ ਲੈਣੀ ਹੈ ਕਿਸੇ ਰੋਗ ਦੀ, ਘਰ ਬੈਠੇ ਵੀ ਸਾਥੋਂ ਪੁੱਛ ਸਕਦੇ ਆ, ਰਾਏ ਸਲਾਹ ਦੇਵਾਂਗੇ। ਠੀਕ ਹੈ ਜੀ, ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਜੀ, ਵੀਡੀਓ ਨੂੰ ਸ਼ੇਅਰ ਕਰਿਓ, ਅਤੇ ਜੇ ਕਿਸੇ ਨੂੰ ਤੁਹਾਨੂੰ ਪ੍ਰੋਬਲਮ ਨਹੀਂ ਹੈਗੀ ਜਾਂ ਤੁਹਾਡੇ ਕੋਈ ਯਾਰ ਦੋਸਤ ਨੂੰ ਆ, ਤੁਹਾਡੇ ਰਿਸ਼ਤੇਦਾਰ ਨੂੰ ਆ, ਤੁਹਾਡੇ ਭਰਾ ਨੂੰ ਆ, ਤੁਹਾਡੀ ਭੈਣ ਨੂੰ ਆ, ਕਿਸੇ ਨੂੰ ਵੀ ਤੁਹਾਨੂੰ ਪ੍ਰੋਬਲਮ ਹੈਗੀ ਆ, ਤਾਂ ਉਹਨਾਂ ਨੂੰ ਇਹ ਵੀਡੀਓ ਅੱਗੇ ਜੇ ਅੱਗੇ ਸ਼ੇਅਰ ਕਰਿਓ। ਸੋ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ, ਥੈਂਕ ਯੂ।